ਨਹੀਂ ਤੂੰ ਘਰੋਂ ਕਿਉਂ ਨਿਕਲੇ ਨਿਕਲੇ ਉਹ ਜਿਹੜਾ ਇੱਥੇ ਵਾੜਿਆ ਗਾ ਘਰੇ ਵਾਧੂ ਦਾ ਉਹੀ ਸਹੇੜਿਆ। ਉਹ ਕਿਵੇਂ ਨਿਕਲ ਜੂ ਮਾਂ, ਉਹਨੇ ਤਾਂ ਘਰੇ ਰਹਿਣੀ ਆ ਨਾ, ਨਾਲੇ ਮੈਂ ਨਿਕਲਣ ਦੀ ਗੱਲ ਨਹੀਂ ਕਰਦੀ, ਮੈਂ 4 ਦਿਨ ਜਾਊਂਗੀ। ਮੇਰੀ ਗੱਲ ਸੁਣ, 4 ਦਿਨ ਜਾ ਕੇ ਬਾਹਲਾ ਫਰਕ ਪੈ ਜੂਗਾ। ਧੀਏ ਤੈਨੂੰ ਮੈਂ ਇੱਕ ਸਕੀਮ ਦਿੰਦੀ ਹਾਂ। ਕੀ ਸਕੀਮ ਦਿੰਦੀ ਆ ਮਾਂ? ਤੂੰ ਕੰਨ ਕਰ ਮੇਰੇ ਕੋਲੇ। ਨਾ ਨਾ ਮਾਂ, ਇਹ ਮੇਥੋਂ ਕਿੱਥੇ ਹੋਣਾ। ਸੌਂਗੀ ਮਾਂ? ਹਾਂਜੀ ਮਾਂ ਤਾਂ ਸੌਂਗੀ, ਦੁੱਧ ਦੇਤਾ ਸੀਗਾ ਮਾਂ ਨੂੰ ਮੈਂ ਪੀਣ ਨੂੰ, ਤੁਸੀਂ ਪੀਣਾ ਦੁੱਧ? ਨਾ ਮੈਂ ਤਾਂ ਠਹਿਰ ਕੇ ਪੀਊਂਗਾ, ਹਜੇ ਤਾਂ ਮੈਂ ਟੀਵੀ ਦੇਖੀ ਜਾਂਦਾ। ਮੇਰੀ ਗੱਲ ਸੁਣੋ, ਮੈਨੂੰ ਨਾ ਕੱਲ ਨੂੰ ਪੈਸੇ ਦੇ ਦਿਓ ਤੁਸੀਂ। ਹਾਂ ਹਾਂ ਕੋਈ ਗੱਲ ਨਹੀਂ, ਮੈਂ ਬਾਈ ਤੋਂ ਪੁੱਛ ਲਏ ਸੀ, 1000 ਰੁਪਇਆ ਉਹ ਕਹਿੰਦਾ ਲੈ ਲੈ ਸੂਟ ਲਿਆਉਣਾ ਲਿਆ ਵੇ। 1000 ਨਹੀਂ ਜੀ, ਹਾਂ ਮੈਨੂੰ 5000 ਰੁਪਇਆ ਚਾਹੀਦਾ। ਤੂੰ 5000 ਰੁਪਇਆ ਕੀ ਕਰਨਾ? 5000 ਕੱਲ ਨੂੰ ਮਾਂ ਨੂੰ ਦਵਾਈ ਦਵਾਉਣ ਜਾਣਾ ਨਾ। ਤੇਰਾ ਦਿਮਾਗ ਤਾਂ ਸੈੱਟ ਆ ਨਾ, ਕੱਲ ਨੂੰ ਮਾਂ ਨੂੰ ਦਵਾਈ ਦਵਾਉਣ ਬਾਈ ਨੇ ਜਾਣਾ, ਉਹ ਦਵਾਈ ਦਵਾ ਲਿਆਊਗਾ। ਉਹ 'ਚ ਦੱਸ ਤੂੰ ਕੀ ਪੈਸਿਆਂ ਦਾ ਕਰਨਾ? ਪੈਸੇ ਮੈਨੂੰ ਚਾਹੀਦੇ ਆ ਜੀ, ਮੈਨੂੰ ਰੁਪਇਆ 5000 ਚਾਹੀਦਾ। ਉਹ ਚਾਹੀਦਾ ਕਾਹਦੇ ਵਾਸਤੇ, ਉਹੀ ਤਾਂ ਮੈਂ ਪੁੱਛੀ ਜਾਂਦਾ ਤੈਨੂੰ। ਮੇਰੀ ਗੱਲ ਸੁਣੋ ਜੀ, 100 ਲੋੜਾਂ ਹੁੰਦੀਆਂ ਬੁੜੀਆਂ ਨੂੰ, ਮੈਂ ਕੁਛ ਵੀ ਲਿਆਵਾਂ, ਬਸ ਮੈਂ ਤੁਹਾਨੂੰ ਦੱਸਤਾ ਵੀ ਬਾਈ ਨੂੰ ਪੁੱਛੋ ਤੇ ਮੈਨੂੰ ਪੈਸੇ ਦਿਓ। ਤੇਰਾ ਦਿਮਾਗ ਨੂੰ ਹੋਇਆ ਕੀ ਆ ਕਿ 100 ਲੋੜਾਂ ਦੀ ਮੈਨੂੰ ਚੀਜ਼ ਦੱਸ ਵੀ ਭਈ ਆਹ ਚਾਹੀਦੀ ਆ, ਉਹ ਮੈਂ ਉਹਨੂੰ ਕਹਿ ਦੂੰਗਾ, ਬਾਈ ਪੈਸੇ ਦੇ ਦੂਗਾ ਲਿਆ ਦੂੰਗਾ, ਚੀਜ਼ ਕੋਈ ਨਾ ਵੀ ਹੋਊਗਾ ਐਂ ਕਿਵੇਂ ਉਹਨੂੰ ਮੈਂ ਕੀ ਕਿਹੜੇ ਮੂੰਹ ਨਾਲ ਕਹਿ ਦਾਂ ਤੇ ਕੀ ਕਹਿ ਦਾਂ ਬਾਈ 5000 ਰੁਪਏ ਚਾਹੀਦਾ। ਅੱਛਾ, ਪਹਿਲਾਂ ਬਾਈ ਨੂੰ ਸਾਰਾ ਕੁਝ ਡਿਟੇਲ 'ਚ ਦੱਸਣਾ ਪੈਂਦਾ ਵੀ ਅਸੀਂ ਆਹ ਚੀਜ਼ ਲੈਣੀ, ਆਹ ਚੀਜ਼ ਕਰਨਾ, ਫੇਰ ਜਾ ਕੇ ਬਾਈ ਪੈਸੇ ਦਿੰਦਾ। ਤੁਸੀਂ ਬਸ ਇਹ ਕਹੋ ਵੀ ਸਾਨੂੰ 5000 ਚਾਹੀਦਾ ਤੇ ਜਾ ਲਿਆ ਕੇ ਦੇ ਮੈਨੂੰ ਬਾਈ ਤੋਂ ਪੈਸੇ। ਮੈਂ ਨਹੀਂ ਕਹਿੰਦਾ ਹੈਗਾ, ਕਿਉਂਕਿ ਮੈਂ ਤਾਂ ਕਹੂੰਗਾ ਨਾ, ਜੇ ਮੈਨੂੰ ਕਿਸੇ ਚੀਜ਼ ਵਾਸਤੇ ਦੀ ਲੋੜ ਆ ਮੈਂ ਜਾ ਕੇ ਕਹੂੰਗਾ ਬਈ ਆਹ ਫਲਾਨੀ ਚੀਜ਼ ਲੈ ਕੇ ਆਉਣੀ ਹੈ, ਪੈਸੇ ਚਾਹੀਦੇ ਆ, ਉਹ ਵੀ ਮੈਨੂੰ ਦੇ ਦੂਗਾ। ਹੁਣ ਜੇ ਉਹਨਾਂ ਨੂੰ ਜਾ ਕੇ ਕਹੂੰਗਾ ਬਈ 5000 ਰੁਪਏ ਚਾਹੀਦਾ, ਉਹ ਮੈਨੂੰ ਇਹੀ ਪੁੱਛੂਗਾ ਕਾਹਦੇ ਵਾਸਤੇ ਚਾਹੀਦੇ, ਕੀ ਜਵਾਬ ਦਊਂਗਾ ਉਹਨੂੰ ਮੈਂ ਵੀ ਘਰੇ ਰੱਖਣੇ ਆ। ਅੱਛਾ, ਫਿਰ ਬਾਈ ਤੋਂ ਪੁੱਛੇ ਬਿਨਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ। ਤੂੰ ਨਾ ਮੇਰਾ ਦਿਮਾਗ ਖਰਾਬ ਨਾ ਕਰ ਬੇਫਾਲਤੂ ਦਾ, ਪੁੱਛੇ ਬਿਨਾਂ ਤੈਨੂੰ ਹੋਇਆ ਕੀ ਆ, ਅਖੇ ਪੁੱਛੇ ਬਿਨਾਂ ਕਰ ਨਹੀਂ ਸਕਦੇ ਹੈਗੇ। ਮੇਰੀ ਗੱਲ ਸੁਣ ਲੈ, ਅੱਗੇ ਤੈਨੂੰ ਕਦੇ ਉਹਨੇ ਜਵਾਬ ਦਿੱਤਾ ਹੋਵੇ ਜਾਂ ਮੈਂ ਜਵਾਬ ਦਿੱਤਾ, ਤੂੰ ਮੈਨੂੰ ਜਦੋਂ ਕੋਈ ਚੀਜ਼ ਕਹਿੰਦੀ ਆ ਮੈਂ ਆਹ ਚੀਜ਼ ਲਿਆਉਣੀ ਆ। ਤੂੰ ਹੁਣ ਦੇਖ ਲੈ, ਦੂਜੇ ਮਹੀਨੇ 'ਚ ਤੇਰਾ ਤੀਜਾ ਸੂਟ ਆ, ਠੀਕ ਆ, ਬਾਈ ਨੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਕਹਿੰਦਾ 1000 ਰੁਪਇਆ ਦਿੰਦੀ ਉਹਨੂੰ ਸੂਟ ਲਿਆਊਗੀ, ਤੇ ਐਂ ਸਾਰੀਆਂ ਤਾਂ ਤੇਰੀਆਂ ਲੋੜਾਂ ਪੂਰੀਆਂ ਹੋਈਆਂ, ਹਜੇ ਤੂੰ ਕਹਿੰਦੀ ਮੈਨੂੰ 5000 ਰੁਪਇਆ ਅੱਡ ਚਾਹੀਦਾ। ਮੇਰੀ ਗੱਲ ਸੁਣੋ ਜੀ, ਛੂਟ ਛਾਟ ਤਾਂ ਸਾਰੇ ਹੀ ਲਿਆਉਂਦੇ ਆ, ਠੀਕ ਆ, ਮੈਂ ਲਿਆਈ ਫਿਰ ਕਿੱਡੀ ਗੱਲ, ਸਾਰੀਆਂ ਬੁੜੀਆਂ ਲਿਆਉਂਦੇ ਆ, ਨਾਲੇ ਆਪਣੇ ਘਰੇ ਹੈ ਕੌਣ ਹੋਰ ਛੂਟ ਪਾਉਣ ਵਾਲੀ? ਉਹ ਗੱਲ ਉਹ ਨਹੀਂ ਹੈਗੀ, ਜੇ ਐਂ ਹੁਣ ਗੋਜੀਆਂ ਰੱਖਣ ਲੱਗੇ ਨਾ ਇੱਕ ਦੂਜੇ ਨੂੰ, ਫਿਰ ਤਾਂ ਘਰ ਚੱਲ ਪਿਆ। ਬਸ ਬਸ ਮੈਥੋਂ ਨਹੀਂ ਤੇਰਾ ਜਿਹਦਾ ਜਾਂਦਾ ਹੈਗਾ, ਜੇ ਚੀਜ਼ ਦੀ ਕਿਸੇ ਦੀ ਲੋੜ ਆ ਉਹਦੇ ਚੀਜ਼ ਦਾ ਨਾਂ ਦੱਸ, ਪੈਸੇ ਮਿਲ ਜਾਣਗੇ, ਨਹੀਂ ਮੈਨੂੰ ਨਹੀਂ ਪਤਾ ਹੈਗਾ। ਲੱਗੀ ਐ ਇੱਥੇ, 5000 ਰੁਪਇਆ ਦੇ ਦਾਂ ਤੈਨੂੰ ਮੈਂ ਸਰਦਾਰਨੀ ਨੂੰ। ਲੈ ਜੇ ਮੈਂ ਅੱਜ ਸਹੀ ਗੱਲ ਆ ਮਾਂ ਦੀ, ਜੇ ਮੈਂ ਪ੍ਰਤਿਆਵਾ ਲੈ ਕੇ ਦੇਖਿਆ ਨਾ ਮਾਂ ਦੇ ਕਹਿਣੇ ਤੇ, ਇਹ ਤਾਂ ਸੱਚੀ ਮੇਰੇ ਖਿਲਾਫ ਹੋ ਗਿਆ, ਉੱਤੋਂ ਮੇਰੇ ਨਾਲ ਹੀ ਲੜਨ ਲੱਗ ਗਿਆ, ਆਪਦਾ ਭਰਾ ਚੰਗਾ ਲੱਗਿਆ ਤੇ ਮੈਂ ਮਾੜੀ, ਹਏ ਨਾਲੇ ਮੈਨੂੰ ਤਾਂ ਵਿਆਹ ਕੇ ਲਿਆ, ਫਿਰ ਵੀ ਭਰਾ ਦੇ ਹੀ ਬਣਿਆ, ਮੇਰਾ ਨਹੀਂ ਬਣਿਆ। ਮਾਂ ਸੱਚ ਕਹਿੰਦੀ ਸੀ, ਕੋਈ ਗੱਲ ਨਹੀਂ ਦੇਖ ਲੈ ਕਿਹੜੇ ਵੇਲੇ ਦਾ ਮੋਟਰਸਾਈਕਲ ਤੇ ਕੱਪੜਾ ਮਾਰੀ ਜਾਂਦਾ ਗਾ, ਆਪ ਹੀ ਕਹਿੰਦਾ ਸੀ ਆ ਕੇ ਤੜਕੇ ਲੇਟ ਨਾ ਹੋ ਜੀ, 10 ਤਾਂ ਉਰੀ ਵੱਜਣ ਨੂੰ ਹੋ ਗਏ, ਪਰ ਕੰਜੂਸ ਹੈਗਾ ਨਾ, ਐਂ ਨਹੀਂ ਹੈਗਾ ਵੀ ਗੱਡੀ ਕੱਢ ਲਾ, ਜੇ ਆਪ ਜਾਣਾ ਹੋਵੇ ਤਾਂ ਗੱਡੀ ਲੈ ਕੇ ਜਾਵੇ, ਹੁਣ ਬੁੜੀ ਨੇ ਜਾਣਾ, ਬੁੜੀ ਤਾਂ ਮਾਰਾ ਨਹੀਂ ਕੱਢਦਾ ਹੈਗਾ, ਇਹ ਵੀ ਵੈਬਤਾ ਹੀ ਨੇਗੀਆਂ, ਜੇ ਕੁੜੀ ਨੇ ਸਮਝਾਇਆ ਤਾਂ ਹੈਗਾ, ਜੇ ਕੁੜੀ ਕੋਈ ਮੇਰੀ ਗੱਲ ਮੰਨ ਜੇ, ਪਰ ਖਾਨੇ 'ਚ ਖਬਰੇ ਉਹਦੇ ਬੜੂ ਜਾਂ ਨਾ ਬੜੂ, ਬੋਲ ਮਾਰ ਕੇ ਦੇਖਾਂ। ਨਿਮੀਤ ਨੀਤੀ ਆ ਜਾ ਬਾਹਰ ਹੁਣ ਤੂੰ ਵੀ। ਆ ਗਈ ਆ ਗਈ ਮਾਂ, ਦੱਸ ਕੀ ਕਹਿੰਦੀ ਆ? ਨਹੀਂ ਮੈਂ ਕੀ ਕਹਿਣਾ, ਕਿਹੜੇ ਵੇਲੇ ਦਾ ਮੋਟਰਸਾਈਕਲ ਤੇ ਕੱਪੜਾ ਮਾਰੀ ਜਾਂਦਾ ਗਾ, ਪਤਾ ਨਹੀਂ ਉੱਥੇ ਕੀ ਕਰੀ ਜਾਂਦਾ। ਨਹੀਂ ਮੇਰੀ ਗੱਲ ਸੁਣੋ,
ਤੂੰ ਵੀ ਨਾਲ ਜਾਵੇਂਗੀ? ਹਾਂ ਮਾਂ, ਮੈਂ ਵੀ ਨਾਲ ਜਾਊਂਗੀ। ਉਹ ਤਾਂ ਕਹਿੰਦੇ ਸੀ ਵੀ ਤੂੰ ਘਰੇ ਰਹਿ, ਗਰਮੀ ਵਾਲੀ ਪਈ ਜਾਂਦੀ ਆ। ਮੈਂ ਮੰਟੂ ਨੂੰ ਕਿਹਾ ਮੈਂ ਤਾਂ ਨਾਲ ਹੀ ਜਾਊਂਗੀ ਮਾਂ ਦੇ। ਨੀ ਤੂੰ ਕਾਹਤੋਂ ਮੱਚੀ ਜੀ ਬੈਠੀ ਹੈਗੀ? ਮਾਂ ਮੈਂ ਮੱਚਣਾ ਕੀ ਹੈਗਾ, ਕੱਲ ਤੁਸੀਂ ਮੈਨੂੰ ਕਿਹਾ ਸੀ ਨਾ, ਯਾਦ ਆ ਤੁਹਾਡੇ ਉਹੀ ਗੱਲ? ਉਹੀ ਗੱਲ ਮੈਂ ਬੰਟੂ ਨਾਲ ਕੀਤੀ ਰਾਤ। ਮੈਂ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਮਾਂ ਉਹ ਤਾਂ ਉਲਟਾ ਮੇਰੇ ਗਲ ਪੈ ਗਿਆ, ਕਹਿੰਦਾ ਕਿ ਤੈਨੂੰ ਪੈਸੇ ਕਾਹਦੇ ਲਈ ਚਾਹੀਦੇ ਆ? ਮੈਂ ਕਿਹਾ ਬੁੜੀਆਂ ਨੂੰ 100 ਜ਼ਰੂਰਤਾਂ ਹੁੰਦੀਆਂ, ਤੇ ਉਲਟਾ ਤਾਂ ਉਹਦੇ ਭਰਾ ਦੇ ਹੀ ਬਣ ਗਿਆ। ਨਹੀਂ ਤੈਨੂੰ ਕਿਹਾ ਤਾਂ ਹੈਗਾ ਸੀ ਧੀਏ, ਤੂੰ ਕਿਹੜਾ ਮੇਰੀ ਕਦੇ ਗੱਲ ਮੰਨਦੀ ਹੈਗੀ? ਜਮਾਈ ਤਾਂ ਕਾਲੇ ਨਾਗ ਹੁੰਦੇ ਨੇ, ਇਹਨਾਂ ਦਾ ਕੀ ਪਤਾ ਕਦੋਂ ਸਿਰ ਚੱਕ ਜਾਣ। ਤੇ ਨਾਏ ਮੇਰੀ ਗੱਲ ਸੁਣ, ਉਹਨੇ ਆਪਦੀ ਤੀਵੀ ਦੀ ਤਾਂ ਨਹੀਂ ਕਰਾਈ? ਆਪਦੇ ਭਰਾ ਦਾ ਪੱਖ ਪੂਜ ਗਿਆ ਨਾ ਮਿੰਟਾਂ ਚ। ਸਹੀ ਗੱਲ ਆ ਮਾਂ, ਆਪਦੇ ਭਰਾ ਦਾ ਬਣ ਕੇ ਬਹਿ ਗਿਆ, ਇਹ ਨਹੀਂ ਸੋਚਿਆ ਵੀ ਮੇਰੇ ਘਰ ਵਾਲੀ ਆ। ਇਹ ਕਾਹਨੂੰ ਸੋਚਦਾ ਗਾ, ਆਪਦੇ ਭਰਾ ਦੀ ਉਹ ਕਰੂਗਾ। ਮੈਂ ਤੈਨੂੰ ਤਾਈਓ ਕਹਿਣੀ ਆ ਵੀ ਇਹਦਾ ਕੋਈ ਤਣ ਪੱਤਨ ਲਾ ਦੋ, ਇਹਨੂੰ ਕਿਸੇ ਪਾਸੇ ਕੱਢ ਦੇ। ਆ ਜਾ ਵੀਰੇ ਰੋਟੀ ਖਾ ਲਾ, ਤੂੰ ਹੀ ਪੁੱਠੇ ਗਜਾਏ ਹੋਏ ਨੇਗੇ, ਚਾਹ ਪੀ ਲਾ। ਲੂਸੀ ਕੁੱਤੀ ਵਾਂਗੂ ਤਾਂ ਉਹਦੇ ਪਿੱਛੇ ਪਿੱਛੇ ਫਿਰਦੀ ਰਹਿਣੀ ਹੈਗੀ। ਘਰ ਵਾਲਾ ਤੇਰੇ ਬੰਟੂ ਆ ਕਿ ਉਹ ਹੈਗਾ? ਮਾਂ ਗਲਤੀ ਤਾਂ ਮੈਂ ਇੱਥੇ ਹੋਈ ਆ ਵਾਲੀ ਵੱਡੀ, ਕਿਉਂਕਿ ਮੈਂ ਹੀ ਵੀਰੇ ਨੂੰ ਸਾਰਾ ਦਿਨ ਮੈਂ ਤਾਂ ਇਹ ਸਮਝਦੀ ਸੀ ਮੇਰਾ ਭਰਾ ਹੈਗਾ। ਕੋਈ ਨਹੀਂ ਕਿਸੇ ਦਾ ਹੈਗਾ ਪੁੱਤ, ਹੈ ਅੱਗੇ ਢਿੱਡ ਦੇ ਜੰਮੇ ਤਾਂ ਆਪਦੇ ਬਣਦੇ ਨਹੀਂ, ਇਹ ਤਾਂ ਫੇਰ ਤੈਨੂੰ ਪਤਾ ਦਿਓਰ ਜੇਠ, ਇਹ ਕਾਹਨੂੰ ਜੇਠ ਕਾਹਨੂੰ ਕਿਸੇ ਦੇ ਮਿੱਤ ਹੁੰਦੇ ਨੇ। ਗੱਲ ਤਾਂ ਤੇਰੀ ਜਮਾ ਸਹੀ ਆ ਮਾਂ, ਬਸ ਮੈਂ ਹੀ ਪਰਖਣ ਚ ਗਲਤੀ ਕਰ ਲਈ। ਮੈਨੂੰ ਤਾਂ ਐ ਸੀ ਚੱਲ ਬੰਟੂ ਤਾਂ ਮੇਰੇ ਬਿਨਾਂ ਪੁੱਛੇ ਬਿਨਾਂ ਗੱਲ ਨਹੀਂ ਕਰੂ, ਪਰ ਅੱਜ ਜਦੋਂ ਪਤਾ ਲੱਗਿਆ ਉਹ ਤਾਂ ਭਰਾ ਤੋਂ ਪੁੱਛੇ ਬਿਨਾਂ ਗੱਲ ਨਹੀਂ ਕਰਦਾ, ਮੈਨੂੰ ਕਿੱਥੇ ਪੁੱਛਦਾ। ਮੇਰੀ ਗੱਲ ਸੁਣ, ਹੱਕ ਤਾਂ ਉਹਦਾ ਸੀ ਧੀਏ, ਤੈਨੂੰ ਕਹਿੰਦਾ ਜਿੱਥੇ ਤੂੰ 400 ਮੰਗਿਆ ਵੀ ਹੋਰ ਲੈ ਜਾ 200 ਵੱਧ, ਕਿੱਥੇ ਉਹ ਕਹਿੰਦਾ ਮੇਰੇ ਭਰਾ ਤੋਂ? ਕਿਉਂਕਿ ਮੈਂ ਕਾਹਤੋਂ ਮੰਗਾ, ਤੂੰ ਆ ਮੇਰਾ ਬੰਦਾ, ਮੈਂ 300 ਰੁਪਏ ਮੰਗੂੰਗੀ। ਗੱਲ ਤਾਂ ਤੇਰੀ ਸਹੀ ਆ ਮਾਂ, ਕੋਈ ਨੀ ਹੁਣ ਮੈਂ ਹੀ ਕਿਹਾ ਕਰੂੰਗੀ ਵੀ ਉਹ ਮੇਰਾ ਕੀ ਲੱਗਦਾ, ਮੈਂ ਕਾਹਤੋਂ ਮੰਗਾ ਉਹ ਤੋਂ ਪੈਸੇ, ਆਖਰ ਨੂੰ ਮੇਰਾ ਜੇਠ ਆ, ਮੈਂ ਕਾਹਤੋਂ ਜੇਠ ਨੂੰ ਭਰਾ ਵਾਲੀ ਜਗ੍ਹਾ ਦੇਵਾਂ। ਮੇਰੀ ਗੱਲ ਸੁਣ, ਕੋਈ ਪੁੱਤ ਕੋਈ ਕਿਸੇ ਦਾ ਨਹੀਂ ਹੈਗਾ, ਹੈ ਮੇਰੇ। ਹੁਣ ਨਾ ਮੇਰੀ ਇੱਕ ਗੱਲ ਖਾਨੇ ਚ ਬਾੜ ਲਾ, ਨਾ ਰੋਟੀ ਟੁੱਕ ਨਾ ਚਾਹ ਪਾਣੀ, ਜਮਾ ਉਹਨੂੰ ਪੁੱਛ ਵੀ ਨਾ। ਨਹੀਂ ਪੁੱਛਦੀ ਮਾਂ, ਕਿਉਂਕਿ ਜਦੋਂ ਮੈਨੂੰ ਮੇਰੀ ਲੋੜ ਤੇ ਪੈਸਾ ਧੇਲੀ ਨਹੀਂ ਮਿਲਦਾ। ਦੇਖ ਲੋਕਾਂ ਦੀਆਂ ਤੀਵੀਆਂ ਨੇ ਸੋਹਣੇ ਸੋਹਣੇ ਸੂਟ ਛੱਪੇ 100 ਕੁਛ ਲੈ ਕੇ ਆਉਂਦੀਆਂ, ਜੇ ਮੈਂ ਐਤਕੀ ਪਹਿਲੀ ਵਾਰ ਤੇਰੇ ਕਹਿਣੇ ਤੇ ਮੰਗਲੇ ਮਾਂ, ਨਹੀਂ ਪਤਾ ਨਹੀਂ ਇਸ ਹਨੇਰੇ ਚ ਮੈਂ ਕਿੰਨਾ ਚਿਰ ਫਿਰਦੀ ਰਹਿੰਦੀ। ਤਾਈਓ ਤਾਂ ਧੀਏ ਮੈਂ ਕਹਿਣੀ ਆ, ਆਪਦੇ ਤਾਂ ਉਹ ਆਕੇ ਬੈਂਕਾਂ ਚ ਰੱਖੀ ਜਾਂਦਾ, ਖਾਤੇ ਕਾਲੇ ਕਰੀ ਜਾਂਦਾ, ਸੋਨੂੰ ਮੰਗ ਤੇ ਬਣਾ ਤਾ, ਮੰਗ ਕੇ ਲੈ ਲਓ। ਕੀ ਤੁਸੀਂ ਮੰਗਤੇ ਹੋਗੇ? ਸੋਡਾ ਵੀ ਆ ਘਰ ਚ ਹਿੱਸਾ ਗਾ। ਚੱਲ ਮਾਂ ਕੋਈ ਨੀ, ਮੈਂ ਦੇਖਦੀ ਹਾਂ ਉਧਰ ਵੀ ਕੀ ਕਰੀ ਜਾਂਦੇ ਹੈਗੇ, ਫਿਰ ਤੁਰਦੇ ਆਪਾਂ, ਕਿਉਂਕਿ ਨਾ ਬਾਹਲੀ ਜ਼ਿਆਦਾ ਧੁੱਪ ਚੜੀ ਜਾਂਦੀ ਆ, ਮੁੜ ਕੇ ਧੁੱਪੇ ਨਾ ਮੈਨੂੰ ਤਾਂ ਬਾਹਲਾ ਔਖਾ ਲੱਗਦਾ। ਚੱਲ ਕੋਈ ਨਾ ਤੂੰ ਭਾਗ ਜਾ, ਜਾ ਦੇਖ ਲਾ। ਨੀ ਬੂ ਮੈਂ ਮਰ ਜਾ, ਦੇਖ ਲਾ ਮੇਰੇ ਜਮਾਈ ਨੇ ਤਾਂ ਮੇਰੀ ਧੀ ਦੀ ਤਾਂ ਕੀਤੀ ਹੀ ਨੀ, ਮੈਨੂੰ ਤਾਂ ਐਂ ਸੀ ਮੇਰਾ ਜਮਾਈ ਇਹਨੂੰ ਮੰਗੇ ਪੈਸੇ ਦਊਗਾ, ਪਰ ਕਾਹਨੂੰ ਆਪਦੇ ਭਰਾ ਦਾ ਹੀ ਪੱਖ ਪੂਜਦਾ ਉਹ ਤਾਂ ਸਾਰਾ ਦਿਨ। ਮੈਨੂੰ ਆਏ ਆ ਜੇ ਹੁਣ ਵੀ ਕੋਈ ਗੱਲ ਤਣ ਪੱਤਣ ਲੱਗ ਜੇ ਮੇਰੇ ਹੁੰਦੇ ਹੁੰਦੇ, ਇਹਦੇ ਨਾਲ ਕੋਈ ਕਿਨਾਰਾ ਹੋ ਜੇ, ਕਿਸੇ ਲੋਟ ਇਹ ਘਰੋਂ ਨਿਕਲ ਜੇ, ਤਾਂ ਕਹਿੰਦੇ ਕਿਸੇ ਡੇਰੇ ਡੂਰੇ 'ਚ ਹੀ ਬਹਿ ਜੇ ਜਾ ਕੇ ਮੱਚਣਾ। ਹੈ ਮੇਰੀ ਧੀ ਨੂੰ ਤਾਂ ਉਹੀ ਗੱਲ ਆ, ਘਰ ਮਿਲ ਜੇ ਵਧੀਆ ਅਤੇ ਵਧੀਆ ਆਪਦਾ ਖਾਵੇ ਅਤੇ ਪਕਾਵੇ। ਹੁਣ ਇਹਨਾਂ ਇਹਦੇ ਮੂਹਰੇ ਲੱਗੀ ਫਿਰਦੀ ਹੈਗੀ, ਕਿੱਥੇ ਆਪਦੇ ਬੰਦੇ ਦਾ ਤਾਂ ਕੰਮ ਕਰਨੀ ਨੇਗੇ। ਹੈਂ ਇਹਨੂੰ ਰੋਟੀ ਟੁੱਕ ਪੂਜਦੇ ਮਟੀ ਨੂੰ ਪਹਿਲਾਂ। ਚੱਲ ਮਨਾ ਜੇ ਹੁਣ ਵੀ ਮੇਰੀ ਗੱਲ ਮੰਨ ਗਈ ਤਾਂ ਚੰਗੀ ਗੱਲ ਆ, ਵਧੀਆ ਅਕੇ ਜਦੋਂ ਉੱਠੇ ਉਹਦੀ ਸਵੇਰਾ। ਮੀਤ ਹਾਂਜੀ, ਉਹ ਮੈਂ ਤਾਂ ਐਂ ਕਹਿੰਦਾ ਸੀਗਾ ਬਾਈ ਤੇ ਮਾਂ ਦੀ ਰੋਟੀ ਪੈਕ ਕਰਤੀ, ਫਿਰ ਉਹਨਾਂ ਨੇ ਮੰਡੀ ਜਾਣਾ, ਉੱਥੇ ਟਾਈਮ ਲੱਗ ਜੂਗਾ,
ਮੇਰੀ ਗੱਲ ਸੁਣੋ ਜੀ, ਰੋਟੀ ਤਾਂ ਮੈਂ ਪੈਕ ਕਰ ਲਈ ਤੇ ਤੁਹਾਡੀ ਖੇਤ ਵਾਲਿਆਂ ਦੀ ਰੋਟੀ ਵੀ ਪੈਕ ਕੀਤੀ ਪਈ ਆ ਤੇ ਤੁਸੀਂ ਚੱਕ ਕੇ ਲੈ ਜਾਓ, ਤੇ ਚਾਹ ਦੀ ਥਰਮੋਸ ਤੇ ਡੋਲਣੀ ਭਰੀ ਪਈ ਆ ਉਹ ਵੀ ਨਾਲ ਲੈ ਜਾਓ। ਅੱਜ ਸਾਰਾ ਕੰਮ ਇੰਨੀ ਛੇਤੀ ਕਿਵੇਂ ਨਮੇੜਦਾ? ਅੱਗੇ ਤਾਂ ਚਾਹ ਗੁੜ ਨਾਲ ਬੰਨ ਦਿੰਦੀ ਨੇ, ਅੱਜ ਚਾਹ ਵੀ ਬਣਾ ਕੇ ਦੇਤੀ ਹੈ। ਜੇ ਲੋੜ ਹੋਈ ਦੁਪਹਿਰੇ ਆ ਕੇ ਲੈ ਜਾਊਗਾ, ਤੂੰ ਬਣਾ ਕੇ ਰੱਖ ਲਈ। ਦੁਪਹਿਰੇ ਮੈਂ ਕਿੱਥੋਂ ਬਣਾ ਲੂ, ਜੇ ਮੈਂ ਘਰੇ ਹੋਊਂਗੀ ਤਾਂ ਬਣਾਉਂਗੀ ਨਾ। ਤੂੰ ਕਿੱਥੇ ਜਾਨੀ ਆ? ਮੈਂ ਮਾਂ ਦੇ ਨਾਲ ਜਾਨੀ ਆ। ਉਹ ਯਾਰ ਮਾਂ ਦੇ ਨਾਲ ਹੁਣ ਬਾਈ ਦਵਾਈ ਦਵਾਉਣ ਤਾਂ ਚੱਲਿਆ, ਦੱਸ ਹੁਣ ਸਾਰਾ ਟੱਬਰ ਥੋੜੀ ਜਾਊਗਾ। ਤੈਨੂੰ ਵੀ ਪਤਾ ਵੀ ਬਈ ਲੇਬਰ ਵਾਲੇ ਆਉਣਗੇ, ਝੋਨਾ ਲੱਗੂਗਾ, ਗਾਹ ਕੱਦੂ ਕਰੀ ਜਾਂਦੇ, ਉਹਨਾਂ ਦਾ ਵੀ ਚਾਹ ਪਾਣੀ ਦਾ ਹੋ ਜਾਂਦਾ। ਮੈਨੂੰ ਸਾਰਾ ਕੁਝ ਪਤਾ ਜੀ, ਗੱਲ ਤਾਂ ਇਹ ਆ ਜਦੋਂ ਮਾਂ ਨੂੰ ਉੱਥੇ ਲੋੜ ਪਊਗੀ, ਬੁੜੀਆਂ ਦਾ 100 ਪੜਦਾ ਹੁੰਦਾ, 100 ਟੈਸਟ ਹੋਣੇ ਆ ਮਾਂ ਦੇ, ਠੀਕ ਹੈ, ਤੇ ਉੱਥੇ ਬਾਈ ਨੂੰ ਕਹੂਗੀ ਆ ਜਾ ਮੇਰੇ ਨਾਲ, ਉੱਥੇ ਚੰਗਾ ਨਹੀਂ ਲੱਗਦਾ, ਮੇਰੀ ਤਾਂ ਲੋੜ ਹੈਗੀ ਆ ਮਾਂ ਨੂੰ। ਉਹ ਯਾਰ ਐ ਤਾਂ ਅਗਲੇ ਦੇ ਨਰਸਾਂ ਨੁਰਸਾਂ ਵੀ ਰੱਖੀਆਂ ਹੁੰਦੀਆਂ ਨੇ, ਐ ਤਾਂ ਸਾਰਾ ਕੁਝ ਦੇਖਦੇ ਆ, ਲੇਡੀਜ਼ ਵਾਸਤੇ ਲੇਡੀ ਨਰਸਾਂ ਹੁੰਦੀਆਂ ਨੇ। ਨਰਸਾਂ ਹੁੰਦੀਆਂ ਜੀ, ਘਰ ਦਾ ਹੋਣਾ ਵੀ ਜ਼ਰੂਰੀ ਆ, ਉਹ ਅਗਲਾ ਸਪੈਸ਼ਲ ਨਹੀਂ ਤੁਰੂਗਾ ਨਰਸ ਨੂੰ ਮਾਂ ਦੇ ਨਾਲ, ਐਡੇ ਨਹੀਂ ਹੈਗੇ ਆਪਾਂ ਲੇ ਲੈਂਟ ਜਿਹੜਾ ਨਰਸਾਂ ਨਾਲ ਤੁਰਨਗੀਆਂ। ਉਹ ਹੁਣ ਉੱਥੇ ਪੈਸਾ ਵੀ ਲੱਗੂਗਾ, ਗੱਲ ਤਾਂ ਐ ਆ ਵੀ ਤੈਨੂੰ ਬਹਾਨਾ ਮਿਲ ਗਿਆ, ਕੰਮ ਤਾਂ ਦੇਖ ਲੈ ਅੱਗੇ ਚੰਗਾ ਭਲਾ ਕਰੀਏ ਨਹੀਂ ਆ, ਤੂੰ ਨਾਲ ਜਾਏਂਗੀ ਘਰੇ ਸਾਰਾ ਕੰਮ ਉਵੇਂ ਪਊਗਾ, ਦੁਪਹਿਰੇ ਘਰੇ ਕੋਈ ਹੋਣਾ ਨਹੀਂ ਹੈਗਾ, ਪਸ਼ੂ ਡੰਗਰ ਨੂੰ ਵੀ ਛਾਵੇਂ ਕਰਨਾ, ਪਾਣੀ ਕੰਮ ਪਿਆਉਣਾ। ਮੈਨੂੰ ਦੱਸ ਤਾਂ ਦਿਓ ਕੀ ਪਿਆ, ਮੈਂ ਸਾਰਾ ਕੰਮ ਨਿਬੇੜਤਾ, ਡੱਬਾ ਰੋਟੀਆਂ ਦਾ ਹੋਰ ਭਰਿਆ ਪਿਆ, ਜੇ ਲੋੜ ਪਈ ਦੁਪਹਿਰੇ ਲੈ ਜੀ ਚੱਕ ਕੇ ਹੁਣ ਦੀ ਚਾਹ ਕਰਤੀ ਆ, ਠੀਕ ਹੈ, ਤੇ ਦੁਪਹਿਰ ਦੀ ਇਕੱਲੀ ਚਾਹ ਕਰਨੀ ਆ, ਤੁਸੀਂ ਹੋਰ ਕੋਈ ਕੰਮ ਨਹੀਂ ਹੈਗਾ। ਜਾ ਚੰਗਾ ਬਗ ਜਾ, ਠੀਕ ਹੈ ਨਾ, ਜਾ ਕੇ ਬਗ ਜਾ, ਮੈਂ ਤਾਂ ਆਪਦਾ ਕੰਮ ਆਪੀ ਦੇਖ ਲੂੰਗਾ। ਹੋਰ ਦੱਸ, ਜਦੋਂ ਗੱਲ ਹੀ ਨਹੀਂ ਸਮਝ ਨਹੀਂ ਹੈਗੀ। ਮੈਂ ਤਾਂ ਜਾਣੀ ਆ ਫਿਰ ਮਾਂ ਨਾਲ, ਉੱਥੇ ਡਿੱਕੀ ਆਉਂਦੀ ਆ ਮਾਂ ਮੈਨੂੰ ਬੈਠੀ। ਜਾ ਜਾ ਬਗ ਜਾ ਬਗ ਜਾ, ਹੋਰ ਹੱਦ ਹੋ ਗਈ, ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਹੈਗੀ ਵੀ ਬਾਈ ਹੁਣ ਨਾਲ ਜਾਈਦਾ ਜਾਂਦਾ, ਉਹ ਕਿਹੜਾ ਕੋਈ ਜਵਾਕ ਆ, ਦਵਾਈ ਦਵਾਉਣੀ ਆ, ਟੈਸਟ ਕਰਾਉਣੇ ਆ, ਉੱਥੇ ਹੁਣ ਤੂੰ ਕਿਹੜਾ ਟੈਸਟ ਆਪ ਕਰਨੇ ਜਾਂ ਉਹਦੇ ਬੋਤਲਾਂ ਲਾਉਣੀਆਂ, ਡਾਕਟਰਾਂ ਨੇ ਕਰਨਾ ਸਾਰਾ ਕੁਝ, ਬਹਾਨਾ ਚਾਹੀਦਾ ਇਹਨੂੰ ਵੀ। ਚੱਲ ਦੇਖਦੇ ਹਾਂ ਯਾਰ, ਜਾਂਦੇ ਹਾਂ ਖੇਤ ਨੂੰ। ਬਾਈ ਹਜੇ ਦੇ ਕੱਪੜਾ ਮਾਰੀ ਜਾਂਦਾ, ਉਹ ਲੈ ਕੇ ਜਾਂਦਾ ਮੈਂ, ਮੈਨੂੰ ਐ ਸੀ ਮੈਂ ਖੇਤ ਲੈ ਜਾਂਦਾ, ਤੂੰ ਗੱਡੀ ਲੈ ਜਾਣਾ। ਉਹ ਯਾਰ ਗੱਡੀ ਮੈਂ ਕਿੱਧਰ ਬਾਜ਼ਾਰ 'ਚ ਚੱਕੀ ਤੁਰਿਆ ਫਿਰਦਾ ਰਹੂੰਗਾ, ਮੈਂ ਉੱਥੇ ਭੀੜੀਆਂ ਗਲੀਆਂ, ਉਹ ਪਿੱਛੇ ਕਿਤੇ ਲੱਗ ਕਰ ਗਈ ਫਿਰ ਔਖਾ ਹੋਜੂ, ਗੱਡੀ ਨੂੰ ਮੈਂ ਲੈ ਕੇ ਜਾਂਦਾ, ਮੈਂ ਤਾਂ ਮੋਟਰਸਾਈਕਲ 'ਤੇ ਜਾਊਂਗਾ, ਤੂੰ ਗੱਲ ਤਾਂ ਮੈਂ ਤੈਨੂੰ ਐਂ ਕਹਿਣਾ, ਤੂੰ ਇੱਥੇ ਘਰੇ ਕੀ ਕਰਦਾ, ਵਗ ਜਾ ਯਾਰ ਖੇਤ ਹੁਣ। ਜਾਨਾ ਮੈਂ ਤਾਂ ਬਸ ਉਹ ਮੀਤ ਨਾਲ ਗੱਲ ਕਰਨ ਲੱਗ, ਸਕੂਟਰੀ ਲੈ ਗਈ ਆਪਣੇ ਦੂਜੀ, ਉਹ ਮੈਂ ਕਹਿੰਦਾ ਸੀਗਾ ਮੀਤ ਵੀ ਨਾਲ ਹੀ ਜਾਂਦੀ ਹੈ, ਬਹਿ ਜਾਓਗੇ ਫਿਰ? ਮੀਤ ਨਾਲ ਜਾਊਗੀ? ਹਾਂ, ਕੋਈ ਤਿੰਨੇ ਬਹਿ ਜਾ, ਘੋੜਾ ਬਣਾ ਕੇ ਬਿਠਾ ਲੂੰ ਆਪੇ ਮੈਂ। ਚੱਲ ਠੀਕ ਆ ਫਿਰ, ਮੈਂ ਫਿਰ ਉਹ ਸਕੂਟਰੀ ਲੈ ਜਾਂਦਾ। ਸਕੂਟਰੀ ਲੈ ਜਾ ਬਾਈ, ਬਣ ਕੇ ਪਾ, ਸਾਰੇ ਆਉਂਦੇ ਨੂੰ ਮੰਨ ਕੇ, ਮੇਰੇ ਆਉਂਦੇ ਨੂੰ ਪਾਣੀ ਧਾਣੀ ਲਾ ਕੇ ਕੱਦੂ ਕਰਨ ਲੱਗ ਜੀ, ਕਿਤੇ ਮੈਨੂੰ ਡਿੱਕੀ ਜਾਵੇ ਇੱਥੇ। ਨਹੀਂ ਨਹੀਂ ਕੱਦੂ ਤਾਂ ਮੈਂ ਕਰਨ ਲੱਗਦਾ, ਹਾਂ ਬਈ ਲੇਬਰ ਆ ਕੇ ਲਾਉਣ ਲੱਗੀ, 2:30 ਵਜੇ ਪੱਕ ਪੱਕ ਲਾ ਦੇਣਾ ਪਹਿਲਾਂ। ਉਹੀ ਗੱਲ ਕਰਦਾ ਸੀਗਾ ਬਈ, ਮੈਂ ਉਹਨੂੰ 5,000 ਦਿੰਦਾ ਸੀ। ਹਾਂ, ਉਹ ਕਹਿੰਦਾ ਜੇ ਤਾਂ 10,000 ਰੁਪਇਆ ਦੇਵੇਂਗਾ ਤਾਂ ਆ ਜਾਵਾਂਗੇ, ਨਹੀਂ ਕਹਿੰਦਾ ਫਿਰ ਅਸੀਂ ਤਾਂ ਹੋਰ ਦੇ ਜਾਂਦੇ, ਫਿਰ ਮੈਂ ਉਹਨੂੰ 10,000 ਰੁਪਇਆ ਫੜਾਇਆ ਸੀਗਾ। ਚੱਲ ਕੋਈ ਗੱਲ ਨਹੀਂ, ਉਹਨੇ 10,000 ਫੜਾਇਆ ਕੋਈ ਗੱਲ ਨਹੀਂ। ਹਾਂ, ਉਹ ਕਹਿੰਦਾ ਭਈ ਸਾਡੇ ਮੁੰਡਾ ਲਿਆਜੀ ਸੀ ਵਿੱਚ ਉਹਨਾਂ ਦੇ, ਉਹ ਕਹਿੰਦਾ ਤੂੰ ਐਂ ਕਰ, ਕਹਿੰਦਾ ਸਾਡੇ ਠੇਕੇਦਾਰ ਨੂੰ 10,000 ਰੁਪਇਆ ਦੇ ਦੇ, ਫਿਰ ਤਾਂ ਕਹਿੰਦਾ ਇਹ ਆਜੂਗਾ, ਨਹੀਂ ਕਹਿੰਦਾ ਸਾਈ ਦੇ ਕੇ ਜਾਵਾਂਗੇ, ਇਹਨਾਂ ਨੇ ਮੁੜ ਕੇ ਆਉਣਾ ਨਹੀਂ ਹੈਗਾ ਕਹਿੰਦਾ। ਇਹ ਤਾਂ ਮੌਕੇ ਅਸੀਂ ਭਾਲਦੇ ਹੁੰਦੇ ਆ, ਮੰਨ ਕੇ ਚੱਲਦਾ, ਮੈਂ ਤਾਂ ਹੀ ਕਹਿੰਦਾ ਸੀ ਇਹਨਾਂ ਦਾ ਜਿੱਦੇ ਕੋਈ ਵੱਧ ਵਾਲੇ ਪਾਸੇ ਉਹਦੀ ਭੱਜ ਲੈਂਦੇ ਹੁੰਦੇ, ਇਹ ਐਂ ਤਾਂ ਦੇ ਦੇਣ ਵੀ ਇੱਥੇ ਕੰਮ ਧੰਦਾ ਬੰਦੇ ਤੋਂ ਲੈਣਾ ਹੁੰਦਾ ਵੀ ਫਿਰ ਕਿਹੜਾ ਕੰਮ ਨਹੀਂ ਪੈਣਾ ਕਿਤੇ, ਵੀ ਹੁਣ ਇਹਨਾਂ ਨੂੰ ਐਂ ਵੀ ਹੁਣ ਵੱਢ ਲਈਏ ਵੀ ਹੁਣ ਤਾਂ ਅੜੇ ਦੇਣਗੇ। ਮੈਂ ਇਹਨੂੰ ਐਂ ਹੋਗਾ, ਮੈਂ ਕਿਤੇ ਤੂੰ ਨਾ ਬੋਲੇ ਮੈਂ 10,000 ਰੁਪਏ ਬਿਨਾਂ ਪੁੱਛੇ ਫੜਾਤਾ ਤੈਨੂੰ। ਹੁਣ ਕੋਈ ਗੱਲ ਨਹੀਂ, ਜਿਹੜੇ ਕੰਮ ਤੇ ਹੁਣ ਲੱਗੂ ਉਹ ਤਾਂ ਲੱਗਣਗੇ ਯਾਰ, ਮੈਨੂੰ ਤਾਂ ਪਹਿਲੀ ਪਤਾ ਹੁੰਦਾ। ਚੱਲ ਕੋਈ ਗੱਲ ਨਹੀਂ, ਦੱਸ ਕੋਈ ਨਾ, ਕੰਮ ਤਾਂ ਆਪਣੇ ਮੰਨ ਕੇ ਚੱਲ 4 ਕਿੱਲੇ ਇਹ ਹੈਗੇ, ਬਾਕੀ ਦੂਜੇ 'ਚ ਪੂਰੇ ਕਰ ਲਾਂ, ਪੈਸੇ ਤਾਂ ਪੂਰੇ ਹੋਈ ਜਾਣਗੇ। ਚੱਲ ਫਿਰ ਮੈਂ ਕਹਿੰਦਾ ਸੀ ਬਈ ਊਂ ਤਾਂ ਜੇ ਮੇਰਾ ਟਾਈਮ ਲੱਗਿਆ ਮੈਂ ਦੁਪਹਿਰੇ ਦੇਖੂੰਗਾ, ਜੇ ਤੁਸੀਂ ਦੁਪਹਿਰੇ ਆ ਗਏ ਹਨਾ ਤਾਂ ਚਾਹ ਗੁੜ ਚਾਹ ਬਣਵਾ ਕੇ ਲਿਆਈ। ਮੈਂ ਬੜਾ ਟਾਈਮ ਲਾਉਂਦੇ ਜੀ, ਹੁਣ ਮੋੜ ਲਿਆਉਂ, ਬਸ ਮੈਂ ਬੜਾ ਜੇ ਡਾਕਟਰ ਨੂੰ ਤਾਂ ਹੀ ਸੁਨੇਹਾ ਜਾਂਦਾ, ਉੱਥੇ ਮੁੰਡੇ ਨੂੰ ਦੂਜੇ ਨੂੰ ਕਹਿ ਦੂੰਗਾ ਕਿ ਨਾ ਦਵਾਈ ਦਵਾ ਕੇ ਮੈਂ ਛੇਤੀ ਮੁੜੂੰਗਾ, ਆ ਕੇ ਫਿਰ ਮੈਂ ਤੈਨੂੰ ਪਤਾ ਇਹ ਲੇਬਰ ਕੋਲੇ ਖੜ ਕੇ ਕਾਹਨੂੰ ਕੰਮ ਕਰੇ, ਕੋਲੇ ਖੜਾ ਰਹੇਗਾ ਤਾਂ ਕੰਮ ਕਰ ਲੈਣਗੇ, ਨਹੀਂ ਲਾਉਂਦੇ ਹੀ ਨਹੀਂ ਹੁੰਦੇ ਇਹ। ਚੱਲ ਫਿਰ ਮੈਂ ਜਾਂਦਾ, ਤੂੰ ਵੀ ਵਗ ਜਾਂਦੇ। ਹਾਂ ਹਾਂ ਹਾਂ, ਬਾਕੀ ਡੱਕੇ ਡੱਕੇ ਸਮਾਰ ਕੇ ਲਵਾ ਲਈ। ਕੋਈ ਨਾ ਕੋਈ ਨਾ। ਆ ਜਾ ਮਾਂ। ਓਹੋ ਕਿੰਨੀ ਗਰਮੀ ਹੋ ਗਈ। ਲੈ ਬਹਿ ਜਾ ਉੱਥੇ।
ਗਰਮੀ ਬਾਹਲੀ ਆ ਕੀ ਖਾ ਲੈ ਮਾਸੀ ਆਪਦੀ ਦਵਾਈ ਜੀ ਮੇਰੀ ਗੱਲ ਸੁਣ ਭਾਈ ਤੇਰੇ ਕਿਉਂ ਹੋਈ ਜਾਂਦਾ ਤੂੰ ਹੀ ਮੱਚੀ ਜਾਂਦਾ ਗਾ ਫਿਰ ਕੀ ਹੋ ਗਿਆ ਜੇ ਇਹਨੇ ਲੈ ਲਿਆ ਘਰੇ ਤਾਂ ਇਹੋ ਜਿਹੇ ਕੱਪੜੇ ਪਾਉਂਦੀ ਸੀ ਜਿੱਦੇ ਦੀ ਉਰੇ ਆਈ ਆ ਆਹੀ ਕੱਪੜੇ ਪਾਏ ਦੇਖਦੀ ਆ ਮੈਂ ਇਹਦੇ ਉਹ ਭਾਈ ਅਸੀਂ ਪਿੰਡਾਂ ਵਾਲੇ ਆ ਤੈਨੂੰ ਪਤਾ ਖੇਤਾਂ 'ਚ ਜਾਂਦੇ ਕਰਦੇ ਸਾਡੇ ਤਾਂ ਇਹ ਜੇ ਤਾਂ ਬੰਦਾ ਨੌਕਰੀ 'ਤੇ ਲੱਗਿਆ ਹੋਵੇ ਡਿਊਟੀ 'ਤੇ ਲੱਗਿਆ ਹੋਵੇ ਤਾਂ ਇਹ ਪਾ ਲੇ ਆਪਣੇ ਤਾਂ ਸੂਟ ਹੀ ਸੋਹਣੇ ਲਾ ਦੇ ਕੁੜੀਏ ਮੇਰੀ ਗੱਲ ਸੁਣ ਤੇਰਾ ਬੋਲਣ ਦਾ ਹੱਕ ਨਹੀਂ ਮੇਰਾ ਜਮਾਈ ਭਾਈ ਬੋਲ ਸਕਦਾ ਗਾ ਤੂੰ ਬੋਲਣ ਵਾਲਾ ਕੌਣ ਹੈਗਾ ਉਹ ਭਾਈ ਮੇਰੇ ਤਾਂ ਇਹ ਜਵਾਕਾਂ ਵਰਗੇ ਮੈਂ ਤਾਂ ਘਰੇ ਇਕੱਲਾ ਮੈਂ ਹੀ ਬੋਲਦਾ ਕਰਦਾ ਮੈਂ ਹੀ ਕਹਿਣਾ ਕਰਦਾ ਹੁੰਦਾ ਇਹਨਾਂ ਨੂੰ ਜੇ ਕੋਈ ਕੱਪੜਾ ਲੀੜਾ ਲੈਣਾ ਮੱਥੋਂ ਲੈ ਕੇ ਜਾਂਦੇ ਆਪਣੇ ਸਾਡਾ ਕੰਮ ਹੀ ਲਿਆ ਕੇ ਦਿੰਦਾ ਹੁੰਦਾ ਤੂੰ ਹੀ ਘਰ ਦਾ ਮੁਖੀ ਬਣਾ ਰੱਖਿਆ ਲੈ ਦੇਖ ਲਾ ਕਿ 2000-2500 ਕੀ ਚੱਕਣਾ ਗਾ ਜਦੋਂ ਹੁਣ ਇੰਨਾ ਤਾਂ ਖੇਤੀ ਤੇ ਖਰਚਾ ਕਰੀ ਜਾਂਦੇ ਜੇ ਇੱਥੇ ਲੱਗ ਗਏ ਫਿਰ ਕੀ ਹੋ ਗਿਆ ਉਹੀ ਤਾਂ ਗੱਲ ਆ ਮਾਂ ਮੈਨੂੰ ਤਾਂ ਨਾ ਬੜੀ ਖੁਸ਼ੀ ਹੋਈ ਮੈਂ ਬਾਲੇ ਚਰਵਾ ਦਾ ਇਹ ਜੇ ਕੱਪੜੇ ਲੈਤੇ ਆ ਨਹੀਂ ਆ ਸ਼ੂਟ ਜੀ ਪਾਈ ਜੰਨੀ ਹੁਣ ਤਾਂ ਚਲ ਕੋਈ ਨਾ ਪੁੱਤ ਪਾ ਲਿਆ ਕਰ ਘਰੇ ਕੀ ਹੁੰਦਾ ਗਾ ਕੱਪੜਾ ਲੀੜਾ ਪਾਉਣ ਵਾਸਤੇ ਹੈਗਾ ਆ ਗਈ ਸੀ ਬਾਈ ਹਾਂ ਆ ਗਏ ਸੀ ਆ ਗਏ ਬੰਟੂ ਲੈ ਬੈ ਜਾ ਇੱਥੇ ਬੰਟੂ ਤੁਸੀਂ ਆਏ ਹੀ ਹੋਣੇ ਮਾਂ ਚਲ ਫਿਰ ਚਾਹ ਭੁੱਲ ਗਿਆ ਜਾਂਦਾ ਹੋਇਆ ਚਾਹ ਕੋਲ ਖੇਤ ਲ ਜਾਣਾ ਮਾਂ ਚਲ ਹੁਣ ਘਰੋਂ ਕਰਕੇ ਆ ਜਾਣਾ ਫਿਰ ਅੱਛਾ ਹਾਂ ਤੇ ਉਹ ਤਾਂ ਹਜੇ ਲੇਬਰ ਤਾਂ ਹਜੇ ਆਈ ਨਹੀਂ ਹੈਗੀ ਸਾਰੀਆਂ ਰਿਪੋਰਟਾਂ ਕਰਾਤੀਆਂ ਸੀ ਤੇ ਸਾਰਾ ਕੁਝ ਦਵਾ ਲਿਆਇਆ ਦਵਾਈ ਆਪਾਂ ਤੇ ਭਾਈ ਕਿਹੜੀਆਂ ਦਵਾਈ ਦਵਾ ਕੇ ਲਿਆਇਆ ਜਿਹੜੇ ਤਾਂ ਟੈਸਟ ਲਿਖੇ ਸੀ ਉਹ ਤਾਂ ਕਰਾਏ ਨਹੀਂ ਜਿਹਦੇ ਕਿਹਾ ਸੀਗਾ ਹੋਰ ਹੀ ਕਿਸੇ ਨੇ ਲੈ ਕੇ ਵੜ ਗਿਆ ਉਹ ਯਾਰ ਬੰਟੂ ਡਾਕਟਰ ਨੇ ਲਿਖਾਇਆ ਸੀ ਜਿਹੜੇ ਤਾਂ ਦੂਜੇ ਟੈਸਟ ਸੀ ਉਹ ਇੱਥੇ ਹੁੰਦੇ ਨਹੀਂ ਸੀ ਮਾਸੀ ਦਾ ਪਤਾ ਨਹੀਂ ਉਹ ਚੰਡੀਗੜ੍ਹੋਂ ਹੋਣਗੇ ਜਿਹੜੇ ਦੂਜੇ ਉਹਨੇ ਲਿਖੇ ਸੀ ਉਹ ਮੈਂ ਸਾਰੇ ਕਰਵਾ ਜਿਹੜੇ ਆਪਣੇ ਇੱਥੇ ਹੁੰਦੇ ਸੀ ਉਹ ਕਰਵਾ ਲਏ ਉਹ ਕਰਵਾਤੇ ਸੀ ਕੋਈ ਨਾ ਉਹ ਵੀ ਇੱਕ ਦਿਨ ਚ ਕਰਾਵਾਂਗੇ ਹਜੇ ਟਾਈਮ ਹੈ ਨਹੀਂ ਤੇ ਬਾਕੀ ਕੀ ਕਹਿੰਦਾ ਆ ਜਾਊਗਾ ਰਾਮ ਹਾਂ ਹਾਂ ਲੋਡ ਆ ਜਾਊਗਾ ਕਹਿੰਦਾ ਆ ਤਾਂ ਮਹੀਨਾ 3 ਮਹੀਨੇ ਦਵਾਈ ਖਾਣੀ ਪਊਗੀ ਮਹੀਨਾ ਦੀ ਉਹਨੇ ਦਵਾਈ ਦਿੱਤੀ ਮਹੀਨਾ ਕਹਿੰਦਾ ਤੁਹਾਨੂੰ ਪਤਾ ਲੱਗ ਜੂ ਪਹਿਲਾਂ ਖਾ ਕੇ ਦੇਖ ਲਓ ਮਾਂ ਉਹੀ ਨਹੀਂ ਘਬਰਾਉਂਦੇ ਹੈਗੇ ਭਾਈ ਨਾ ਵਧੀਆ ਵਧੀਆ ਡਾਕਟਰ ਕੋਲ ਹੀ ਲੈ ਕੇ ਗਿਆ ਹੋਊਗਾ ਉਹ ਕਿਉਂ ਲੈ ਕੇ ਜਾਊਗਾ ਨਾਲੇ ਜਿਹੜੀ ਚੀਜ਼ ਆਪਣੇ ਹੱਥ ਪਾਸੇ ਨਹੀਂ ਹੁਣ ਉਹ ਚੰਡੀਗੜ੍ਹ ਤੋਂ ਟੈਸਟ ਹੋਣਗੇ ਉਹ ਚ ਕਿਸੇ ਦਾ ਬਾਕੀ ਯਾਰ ਬੰਟੂ ਕਹਿੰਦਾ ਮਹੀਨਾ ਦਵਾਈ ਖਵਾ ਕੇ ਫੇਰ ਟੈਸਟ ਕਰਾਇਓ ਫਿਰ ਉਹਨੂੰ ਪਤਾ ਲੱਗ ਜੂਗਾ ਹਾਂ ਵੀ ਕੀ ਫਰਕ ਪਿਆ ਹੈ ਕਿ ਨਹੀਂ ਪਿਆ ਇਹ ਵੀ ਗੱਲ ਸਿਆਣੀ ਵੀ ਡਾਕਟਰ ਦਾ ਆਪਦੇ ਹਿਸਾਬ ਨਾਲ ਹੁਣ ਕਰਦੇ ਆ ਹਾਂ ਵੇ ਭਾਈ ਜੇ ਤੂੰ ਵਗ ਜਾਂਦਾ ਖਬਰੇ ਮੇਰੇ ਟੈਸਟ ਹੀ ਹੋ ਜਾਂਦੇ ਇਹ ਤਾਂ ਅੱਧ ਵਿਚਾਲਾ ਕਰਿਆ ਬਾਈ ਦੀ ਚਾਹ ਉੱਥੇ ਪਈ ਆ ਬਾਈ ਉੱਥੋਂ ਚਾਹ ਪੀ ਲਿਓ ਚੰਗਾ ਤੁਸੀਂ ਕਿਉਂ ਇੱਥੇ ਲਿਓ ਨਹੀਂ ਕੀ ਹੁੰਦਾ ਸੀ ਓ ਕੋਈ ਨਾ ਬੰਟੂ ਚੁੱਲ੍ਹੇ ਮਰੇ ਪਈ ਆ ਬਾਈ ਹਾਂ ਬਾਈ ਚੁੱਲ੍ਹੇ ਕੋਈ ਨਾ ਉੱਥੇ ਜਾ ਕੇ ਤੂੰ ਆ ਪੀ ਲੈ ਨਹੀਂ ਨਹੀਂ ਕੋਈ ਨਾ ਹੋ ਗਿਆ ਮੈਂ ਪੀਣਾ ਕੋਈ ਗੱਲ ਨਹੀਂ ਤੂੰ ਕੁਛ ਬੇਫਿਕਰ ਚੁੱਲ੍ਹੇ ਮਰੇ ਪਈ ਉੱਥੇ ਪੀ ਲੈ ਨਾ ਘਰੇ ਨਾਲ ਲੜਾਈ ਕਰੀ ਚਲੋ ਕੋਈ ਨਹੀਂ ਕੋਈ ਨਾ ਚਾਹ ਪੀ ਲੂ ਪੀ ਕੇ ਆਪਾਂ ਉਧਰ ਹੀ ਚੱਲਦੇ ਮੈਂ ਤਾਂ ਪੀਂਦਾ ਨਹੀਂ ਚਾਹ ਆ ਦੇਖ ਲਾ ਮਾਂ ਤੇਰੀ ਕੁੜੀ ਕੀ ਕਰੀ ਜਾਂਦੀ ਆ ਕੁੜੀ ਨੇ ਤਾਂ ਮੇਰੀ ਨੇ ਕਰਨੀ ਆ ਆ ਦੇਖ ਲਾ ਆ ਕੱਪੜਿਆਂ ਪਿੱਛੇ ਤੜ ਪਿਆ ਜੇ 2000-2500 ਰੁਪਏ ਲੱਗ ਗਏ ਕਿੱਡੀ ਕੀ ਗੱਲ ਆ ਜੀ ਓ ਆ ਕੱਪੜੇ ਆ ਮੈਨੂੰ ਆਇਆ ਸੌ ਕਿਤੇ ਘੁੰਮਣ ਫਿਰਨ ਜਾਣਾ ਪੈ ਜਾਂਦਾ ਉੱਥੇ ਪਾ ਤਾਂ ਲਊਂਗੀ ਮੈਂ
ਘੁੰਮਣ ਫਿਰਨ ਨੂੰ ਤੂੰ ਮਨਾਲੀ ਤੁਰੀ ਫਿਰਦੀ ਆ, ਲਾਈਦਾ ਕਰ ਝੋਨਾ ਜਾਂ ਝੋਨਾ ਜਾਂਦੇ ਆ, ਕਿੱਧਰ ਘੁੰਮਣ ਫਿਰਨ ਦਾ ਟਾਈਮ ਹੈਗਾ, ਬੇਫਜ਼ੂਲ ਖਰਚੀ ਕਰਨੀ ਸੀਗੀ। ਤੂੰ ਮੈਥੋਂ 1000 ਰੁਪਇਆ ਉਦੋਂ ਮੰਗਿਆ ਵੀ ਮੈਂ ਸੂਟ ਲੈਣਾ, ਬਾਈ ਨੇ ਮੈਨੂੰ ਉਹਦੀ ਕਹਿਤਾ ਵੀ ਬਈ 1000 ਰੁਪਇਆ ਦੇ ਦੇ, ਆ 2500 ਦਾ ਲਾਦਾ ਕਿਸੇ ਕੰਮ ਨਹੀਂ ਹੈਗਾ। ਉੱਥੇ ਮਾਂ ਮੈਨੂੰ ਕਹਿਣ ਲੱਗ ਗਈ, ਕਹਿੰਦੀ ਪੁੱਤ ਪਹਿਲਾਂ ਵਾਂਗੂ ਪਾਲਿਆ ਕਰ ਕਦੇ ਕੱਪੜਾ ਲੀੜਾ। ਮੇਰੀ ਗੱਲ ਸੁਣ ਪੁੱਤ, ਤੇਰਾ ਹੱਕ ਆ ਰੋਕਾ ਟੋਕੀ ਕਰਨ ਦਾ, ਉਹਦਾ ਬਗਾਨੇ ਬੰਦੇ ਦਾ ਕੀ ਹੱਕ ਆ ਭਾਈ? ਮਾਂ ਉਹ ਬਗਾਨਾ ਨਹੀਂ ਹੈਗਾ, ਮੇਰਾ ਵੱਡਾ ਭਰਾ ਹੈ, ਨਾਲੇ ਆਹ 2 ਲੀਰਾਂ ਦਾ 2500 ਰੁਪਇਆ ਲਿਆਂਦਾ, ਇਹ ਕਿਸੇ ਲੇਖੇ ਨਹੀਂ ਹੈਗਾ। ਲੈ ਪੁੱਤ ਜੇ ਧੀ ਦਾ ਜੀ ਕਰਦਾ ਫਿਰ ਕੀ ਹੋ ਗਿਆ ਜੇ ਲੈ ਲਏ ਉਹਨੇ? ਉਹ ਜੀ ਤਾਂ ਬਥੇਰਾ ਕਰਦਾ ਹੁੰਦਾ, ਉਹ ਸਿਆਣੇ ਕਹਿੰਦੇ ਹੁੰਦੇ ਆ ਉਹਨਾਂ ਕ ਪੈਰ ਪਸਾਰੋ ਜਿੱਡਾ ਕ ਚਾਦਰਾ ਹੁੰਦਾ, ਹੁਣ ਉਹੀ ਆ ਅੱਡੀਆਂ ਚੱਕ ਕੇ ਫਾਹ ਲਾਉਂਗੇ ਫਿਰ ਮਰੋਂਗੇ ਤਾਂ ਸਹੀ ਨਾ? ਲੈ ਪੁੱਤ ਤੂੰ ਤਾਂ ਉੱਥੇ ਮੁੜ ਘੁੜ ਆ ਜਾਂਦਾ ਗਾ, ਜੇ ਆਹ ਕੱਪੜੇ ਲੈ ਲਏ ਨੇ ਕਿਹੜਾ ਰੋਜ਼ ਪਾਉਣੇ ਨੇ, ਚੱਲ ਕਦੇ ਕਦਾਏ ਆਉਂਦੇ ਜਾਂਦੇ ਪਾਲਣ ਦੇ, ਮੂਰੇ ਤੀਆਂ ਆਉਂਦੀਆਂ ਨੇ ਉੱਥੇ ਮੇਰੇ ਕੋਲੇ ਆਊਗੀ, ਫਿਰ ਆਹ ਹੀ ਕੱਪੜੇ ਪਾ ਕੇ ਆਊਗੀ ਇਹ। ਬਸ ਮੈਨੂੰ ਨਹੀਂ ਪਤਾ ਹੈਗਾ, ਆ ਹੁਣ ਤਾਂ ਨਾ ਤੂੰ ਚਾਂਭਲ ਕੇ ਜਿਹੜੀ ਗਲਤੀ ਕੀਤੀ ਅੱਗੇ ਤੋਂ ਨਾ ਦਿਸਣੀ ਨਹੀਂ ਚਾਹੀਦੀ ਮੈਨੂੰ ਗਲਤੀ, ਚੁੱਪ ਕਰਕੇ ਚਾਹ ਫੜਾਤੀ ਹੈ ਪੀਂਦਾ ਮੈਂ ਵੀ ਨਹੀਂ ਹੈਗਾ, ਜਾਣਾ ਮੈਂ ਤਾਂ ਖੇਤ ਭੱਟੀ ਆ ਗਈ ਇੱਥੇ। ਲੈ ਦੇਖ ਲਾ ਮਾਂ ਹੁਣ ਇਹ ਮੇਰੇ ਨਾਲ ਨਾ ਬਾਈ ਪਿੱਛੇ ਐਵੇਂ ਗੁੱਸੇ ਹੋਈ ਜਾਂਦੇ ਆ, ਤੂੰ ਹੀ ਸਿਰ ਚੜਾਏ ਨੇ, ਤੂੰ ਹੀ ਭੋਗ ਹੋਣਾ। ਉਦੋਂ ਮੇਰੀ ਗੱਲ ਦੇ ਕੋਈ ਕਦੇ ਕਿਹਾਗਾ ਵੀ ਹਾਂ ਮਾਂ ਤੂੰ ਸਹੀ ਕਹਿੰਦੀ ਆ, ਨਹੀਂ ਮਾਂ ਮੇਰਾ ਬਾਈ ਹੈਗਾ, ਹੁਣ ਤੂੰ ਹੀ ਭੋਗੀ ਜਾਂਦੀ ਆ ਜੀ। ਮਾਂ ਮੈਨੂੰ ਕੀ ਪਤਾ ਸੀਗਾ ਮੈਨੂੰ ਹੀ ਭੋਗਣਾ ਪਊਗਾ, ਗੱਲ ਤਾਂ ਤੇਰੀ ਜਮਾ ਸਹੀ ਆ, ਮੈਨੂੰ ਤਾਂ ਇਹ ਸੀਗਾ ਚੱਲ ਬਾਈ ਆ, ਮੈਂ ਇੱਜ਼ਤ ਕਰਦੀ ਸੀ ਰਿਸਪੈਕਟ ਕਰਦੀ ਸੀ ਉਹਦੀ ਬਹੁਤ ਜ਼ਿਆਦੇ, ਵੀ ਚੱਲ ਵੱਡਾ ਆਪਦੇ ਤੋਂ ਜਿਵੇਂ ਮੈਨੂੰ ਬੰਟੂ ਨੇ ਕਹਿ ਦੇਣਾ ਵੀ ਬਾਈ ਨੂੰ ਰੋਟੀ ਟੋਕ ਕਰਦੇ, ਉਹੀ ਕੁਛ ਮੈਂ ਕਰੀ ਜਾਂਦੀ ਸੀ, ਮੈਨੂੰ ਤਾਂ ਐਂ ਲੱਗਦਾ ਸੀ ਵੀ ਇਹੀ ਸਹੀ ਆ ਸਾਰਾ ਕੁਛ। ਸਹੀ ਪੁੱਤ ਜਾਂ ਰਾਹ ਪਏ ਤੋਂ ਪਤਾ ਲੱਗਦਾ ਜਾਂ ਬਾਹ ਪਏ ਤੋਂ, ਤੇਰੀਆਂ ਹੁਣ ਅੱਖਾਂ ਖੁੱਲੀਆਂ ਨੇ, 2000-2500 ਰੁਪਏ ਪਿੱਛੇ ਤੜਫਣ ਲੱਗ ਗਿਆ, ਕੱਲ ਨੂੰ ਤੇਰੇ ਕੋਈ ਜਵਾਕ ਜੱਲਾ ਹੋ ਗਿਆ ਫਿਰ ਉਹ ਜਵਾਕਾਂ ਤੇ ਤਰਫ ਹੀ ਜਾਊਗਾ ਵੀ ਇਹ ਖਰਚਾ ਕਰਦੇ ਨੇ, ਮਾੜਾ ਜਿਹਾ ਅਕਲ ਨੂੰ ਹੱਥ ਮਾਰ। ਅਕਲ ਨੂੰ ਹੱਥ ਤਾਂ ਮਾਂ ਹੁਣ ਮੈਂ ਮਾਰ ਲਿਆ, ਦੇਖ ਜੇ ਮੈਂ ਇਹ ਕੱਪੜੇ ਲਿਆਈ ਇਹ ਚ ਕਲੇਸ਼ ਪਾਉਣ ਵਾਲੀ ਕਿੱਡੀ ਕੁ ਗੱਲ ਆ, ਗੱਲ ਤਾਂ ਤੇਰੀ ਜਮਾ ਸਹੀ ਆ, ਕੱਲ ਨੂੰ ਕੋਈ ਨਿੱਕਾ ਨਿਆਣਾ ਹੋ ਗਿਆ ਬਾਈ ਤੋਂ ਫਿਰ ਪੁੱਛ ਕੇ ਉਹਨੂੰ ਚੀਜ਼ ਦਵਾਇਆ ਕਰਾਂਗੇ, ਜਵਾਕ ਨੇ ਤਾਂ 100 ਚੀਜ਼ ਮੰਗਣੀ ਹੁੰਦੀ ਆ। ਬਸ ਮੇਰੀ ਗੱਲ ਸੁਣ ਪੁੱਤ, ਬੰਟੂ ਵੀ ਆਪਦੇ ਭਰਾ ਦੀ ਮੇਰ ਕਰਾ ਗਿਆ, ਉਹਨੇ ਵੀ ਨਹੀਂ ਤੇਰੀ ਕਰਾਈ ਹੈਗੀ, ਉਹਦੇ ਸਾਹਾਂ ਚ ਸਾਹ ਲੈਂਦਾ ਗਾ। ਗੱਲ ਤਾਂ ਸਹੀ ਆ ਮਾਂ, ਹੁਣ ਮੈਂ ਵੀ ਕੀ ਕਰਾਂ, ਮੈਨੂੰ ਤਾਂ ਨਾ ਅੱਜ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਵੀ ਇਹ ਤਾਂ ਉਹਦੇ ਭਰਾ ਦਾ ਹੀ ਹੈ, ਮੇਰਾ ਬਣਦਾ ਹੀ ਨਹੀਂ ਹੈਗਾ, ਕੱਲ ਦੀ ਕੱਲ ਮੈਨੂੰ ਆਈ ਵੱਢ ਖਾਣ ਵਾਲੇ ਵਾਂਗੂ ਪਿਆ, ਅੱਜ ਦੀ ਅੱਜ, ਅੱਜ ਤਾਂ ਮੇਰੇ ਨਾਲ ਕੀ ਗਲਤੀ ਵੀ ਕੋਈ ਨਹੀਂ ਕੀਤੀ ਮਾਂ, ਅਤੇ ਤੂੰ ਮੈਨੂੰ ਕਿਹਾ ਸੀ ਵੀ ਚੱਲ ਚਾਹ ਪਾਣੀ ਉਹਨੂੰ ਬਾਈ ਨੂੰ ਨਾ ਫੜਾਇਆ ਕਰ, ਫਿਰ ਮੈਂ ਨਹੀਂ ਫੜਾਇਆ, ਅੱਜ ਕੀ ਗੱਲ ਹੋ ਗਈ? ਚੱਕ ਕੇ ਪੀ ਲੂਗਾ, ਮੈਂ ਤਾਂ ਐਂ ਦੇਖਿਆ ਸੀ ਉਦੋਂ ਵੀ ਮੇਰੀ ਧੀ ਸੌਖੀ ਬਸੂਗੀ, ਸੱਸ ਨੀ ਸਹੁਰਾ ਨੀ, ਮੈਨੂੰ ਕੀ ਪਤਾ ਆ ਉਦੋਂ ਵੱਧ ਹੱਕ ਲੱਗ ਜੂਗਾ ਮੇਰੀ ਧੀ ਨੂੰ। ਉਹ ਤਾਂ ਠੀਕ ਆ ਮਾਂ, ਹੁਣ ਦੱਸ ਮੈਂ ਕੀ ਕਰਾਂ? ਕਰਨਾ ਕੀ ਆ, ਚੁੱਪ ਕਰਕੇ ਆ ਚਾਹ ਦਾ ਕੱਪ ਪੀ ਤੇ ਆਪੇ ਫਿਰਦੇ ਰਹਿਣਗੇ, ਜਦੋਂ ਖੁੱਡੇ ਨੂੰ ਲੱਗੀ ਆਪੇ ਪੀਣਗੇ ਉਹੀ ਚੱਕ ਚੱਕ ਚਾਹ ਚੁੱਲ੍ਹੇ ਮੂਹਰੋਂ, ਨਾ ਇਹ ਨਾ ਉਹ, ਦੋਨੇ ਲੋਟ ਆ ਜਾਣਗੇ। ਪਰ ਮੇਰੀ ਗੱਲ ਸੁਣ, ਜਿਵੇਂ ਮੈਂ ਕਹਿੰਦੀ ਆ ਉਵੇਂ ਉਵੇਂ ਕਰੀ ਚੱਲ। ਠੀਕ ਆ ਮਾਂ। ਕੀ ਹੋ ਗਿਆ, ਪਾਣੀ ਪੀਣਾ ਜੀ? ਮੈਂ ਦੇ ਦਿੰਦੀ ਹਾਂ। ਲੈ ਹਾਏ, ਇਹਨਾਂ ਨੂੰ ਕੀ ਹੋ ਗਿਆ, ਮੇਰੇ ਨਾਲ ਕਿੰਨਾ ਜ਼ਿਆਦਾ ਗੁੱਸਾ ਹੋਏ ਪਏ ਆ, ਹਾਏ ਆਹ ਤਾਂ ਗੱਲ ਗਲਤ ਹੋ ਗਈ, ਜੇ ਮੇਰੇ ਨਾਲ ਗੁੱਸੇ ਹੋ ਗਏ ਮੇਰਾ ਤਾਂ ਇੱਥੇ ਜੀ ਨਹੀਂ ਲੱਗਣਾ, ਮੈਂ ਤਾਂ ਜਮ੍ਹਾਂ ਇਕੱਲੀ ਜੀ ਰਹਿ ਜੂੰਗੀ, ਕੀ ਕਰਾਂ ਹੁਣ? ਚੱਲ ਮਾਂ ਨਾਲ ਗੱਲ ਕਰਦੀ ਹਾਂ, ਕੰਮ ਤਾਂ ਫਿਰ ਹੋ ਜਾਣਗੇ। ਲਿਆ ਪਈ ਆ ਮਾਂ ਤਾਂ ਮੌਜ ਨਾਲ ਸੁੱਤੀ, ਮਾਂ ਨੀ ਮਾਂ ਨੀ ਕੀ ਆ ਮਾਂ, ਪੈਰ ਵੀ ਦੇ ਦਿਆ ਕਰ 10 ਮਿੰਟ, ਮੈਂ ਤਾਂ ਦਵਾਈ ਲੈ ਕੇ ਮਸਾਂ ਅੱਖ ਲੱਗੀ ਸੀਗੀ। ਤੇਰੀ ਤਾਂ ਅੱਖ ਲੱਗੀ ਸੀ ਮਾਂ, ਮੈਂ ਤੈਨੂੰ ਇੱਕ ਗੱਲ ਕਰਨੀ ਸੀ।
ਲੈ ਕੀ ਗੱਲ ਕਰਨੀ ਸੀ, ਕੀ ਇਹ ਜਿਹਾ ਭਚਾਲ ਆ ਗਿਆ? ਮਾਂ ਮੇਰੇ ਪਾਣੀ ਤਾਂ ਭਚਾਲ ਹੀ ਆ ਗਿਆ, ਬੰਟੂ ਮੇਰੇ ਨਾਲ ਬੋਲਦਾ ਨੀ, ਗੁੱਸੇ ਹੋਇਆ ਫਿਰਦਾ। ਲੈ ਇਹ ਕਿੱਡੀ ਕੁ ਗੱਲ ਆ, ਤੇਰਾ ਪਿਓ ਤਾਂ ਮੇਰੇ ਨਾਲ 20 ਵਾਰੀ ਗੁੱਸੇ ਹੁੰਦਾ ਸੀ, ਆਪੇ ਭੌਂਕਦਾ ਫਿਰੀ ਜਾਂਦਾ ਸੀ, ਮੈਂ ਤਾਂ ਕੋਈ ਨੀ ਕਦੇ ਬੁਲਾਇਆ। ਆਪੇ ਆਊਗਾ 10 ਮਿੰਟਾਂ ਨੂੰ, ਉਹਦੀ ਕਹੂਗਾ ਮੈਨੂੰ ਰੋਟੀ ਦੇ ਦੇ, ਮੈਨੂੰ ਚਾਹ ਦੇ ਦੇ। ਨਹੀਂ ਮਾਂ, ਬੰਟੂ ਦਾ ਸੁਭਾਅ ਇਹੋ ਜਿਹਾ ਨੀ ਹੈਗਾ। ਦੇਖ ਪਹਿਲਾਂ ਤਾਂ ਅਸੀਂ ਕਦੇ ਲੜੇ ਨੀ ਹੈਗੇ, ਤਿੰਨੇ ਇਕੱਠੇ ਰਹਿੰਦੇ ਸੀ। ਤੇ ਗੱਲ ਕਰ, ਅੱਜ ਮੈਂ ਪਹਿਲੀ ਵਾਰ ਉਹਨੂੰ ਇਸ ਤਰ੍ਹਾਂ ਬੋਲੀ ਆ, ਤੇ ਮੈਨੂੰ ਇਹ ਨੀ ਪਤਾ ਕਿੰਨਾ ਕੁ ਗੁੱਸਾ ਕਰੇ। ਮੈਂ ਗੁੱਸਾ ਕਰਨ ਨੂੰ ਇਹੋ ਜਿਹਾ ਕਾਹਦਾ ਗੁੱਸਾ ਹੋ ਗਿਆ, 4 ਕੱਪੜੇ ਲਈ ਆ, ਉਹਨਾਂ ਪਿੱਛੇ ਆਕੜ ਗਏ। ਆਪੇ ਬਥੇਰਾ ਹੱਥ ਨੇ ਕਹੂਗਾ ਚਾਹ ਦੇ ਦੇ, ਦੁੱਧ ਫੜਾ ਦੇ, ਚਾਹ ਪਾਣੀ ਫੜਾ ਦੇ। ਨਹੀਂ ਮਾਂ, ਮੈਨੂੰ ਤਾਂ ਐਂ ਲੱਗਦਾ ਆਏ ਮੇਰਾ ਨਾ ਇੱਥੇ ਜੀ ਨਹੀਂ ਲੱਗਣਾ। ਮੈਂ ਕਹਿੰਦੀ ਆਪਾਂ ਪਿੰਡ ਚੱਲਦੇ ਹਾਂ, ਤੂੰ ਮੈਨੂੰ ਉੱਥੇ ਲੈ ਜਾ। ਲੈ ਕਹਿੰਦੀ ਪਿੰਡ ਲੈ ਜਾ, ਪਿੰਡ ਤੇਰੇ ਭਾਈ ਭਰਜਾਈ ਪਤਾ ਕਿਹੋ ਜਿਹੇ ਨੇ, ਉਹ ਮੈਨੂੰ ਤਾਂ ਉੱਡਦੇ ਨੀ, ਤੈਨੂੰ ਕਿੱਥੇ ਉੱਡਣਗੇ। ਨਹੀਂ ਤੂੰ ਘਰੋਂ ਕਿਉਂ ਨਿਕਲੇ, ਨਿਕਲੇ ਉਹ ਜਿਹੜਾ ਇੱਥੇ ਵਾੜਿਆ ਗਾ ਘਰੇ, ਵਾਧੂ ਦਾ ਉਹੀ ਸਹੇੜਿਆ। ਉਹ ਕਿਵੇਂ ਨਿਕਲ ਜੂ ਮਾਂ, ਉਹਨੇ ਤਾਂ ਘਰੇ ਰਹਿਣੀ ਆ ਨਾ, ਨਾਲੇ ਮੈਂ ਨਿਕਲਣ ਦੀ ਗੱਲ ਨੀ ਕਰਦੀ, ਮੈਂ 4 ਦਿਨ ਜਾਊਂਗੀ। ਮੇਰੀ ਗੱਲ ਸੁਣ, 4 ਦਿਨ ਜਾ ਕੇ ਬਾਹਲਾ ਫਰਕ ਪੈ ਜੂਗਾ। ਧੀਏ ਤੈਨੂੰ ਮੈਂ ਇੱਕ ਸਕੀਮ ਦਿੰਦੀ ਆ। ਕੀ ਸਕੀਮ ਦਿੰਦੀ ਆ? ਤੂੰ ਕੰਨ ਕਰ ਮੇਰੇ ਕੋਲੇ। ਨਾ ਨਾ ਮਾਂ, ਇਹ ਮੇਥੋਂ ਕਿੱਥੇ ਹੋਣਾ। ਲੈ ਹੋਰ ਕੌਣ ਕਰੂਗਾ, ਜੇ ਤਾਂ ਘਰ ਦੀ ਤੇ ਜ਼ਮੀਨ ਦੀ ਮਾਲਕਣ ਬਣਨਾ, ਇਹ ਕੰਮ ਕਰਨਾ ਪਊਗਾ। ਮਾਂ ਮੈਨੂੰ ਤਾਂ ਨਾ ਇਹ ਔਖਾ ਲੱਗਦਾ। ਲੈ ਔਖਾ ਲੱਗਦਾ ਨਹੀਂ, ਮੇਰੇ ਤੇ ਤਾਂ ਤੂੰ ਗਈ ਹੀ ਨਹੀਂ, ਮੇਰਾ ਤਾਂ ਇੱਕ ਵੀ ਗੁਣ ਨਹੀਂ ਤੇਰੇ ਚ। ਚੱਲ ਕੋਈ ਨੀ ਮਾਂ, ਮੈਂ ਨਾ ਸੋਚਦੀ ਆ, ਤੂੰ ਪੈ ਜਾ ਆਰਾਮ ਕਰ, ਮੈਂ ਉਧਰ ਕੰਮ ਕਰਨਾ। ਲੈ ਕਹਿੰਦੀ ਮੈਂ ਸੋਚਦੀ ਆ ਕਿ ਮੈਨੂੰ ਲੱਗਦਾ ਇਹ ਤਾਂ ਕਿਹੜੇ ਇਹ ਕੰਮ ਕਰਨ ਵਾਲੀ, ਜੇ ਕੰਮ ਕਰਨ ਵਾਲੀ ਹੁੰਦੀ ਅੱਜ ਨੂੰ ਤਾਂ ਇਹ ਕਿੱਦੇ ਦਾ ਦਬੱਲਿਆ ਹੁੰਦਾ, ਕਿਸੇ ਡੇਰੇ ਗੁਰਦੁਆਰੇ ਬੈਠਾ ਹੁੰਦਾ, ਮੈਂ ਘਰ ਦੀ ਮਾਲਕਣ ਸੀਗੀ। ਮਾਣਾ ਮੈਨੂੰ ਤਾਂ ਇਹਦੀ ਆਪ ਫਿਕਰ ਹੋਈ ਪਈ ਆ, ਜੇ ਇਹ ਕੁੜੀ ਮੇਰੇ ਪਿੱਛੇ ਲੱਗੇ ਨਾ, ਮੈਂ ਇਹਨੂੰ ਘਰ ਦੀ ਮਾਲਕਣ ਬਣਾ ਕੇ ਜਾਊਂਗੀ। ਆਈ ਤਾਂ ਮੈਂ ਗੋਡੇ ਦਿਖਾਉਣ ਸੀ, ਮੈਨੂੰ ਕੀ ਪਤਾ ਘਰ ਦਾ ਮੋਢੀ ਉਹ ਬਣਾ ਰੱਖਿਆ ਗਾ, ਮੇਰੀਆਂ ਤਾਂ ਅੱਖਾਂ ਹੀ ਹੁਣ ਖੁੱਲੀਆਂ ਨੇਗੀਆਂ।